ਸਾਧ ਸੰਗਤ ਜੀ, ਇੱਕ ਜਿਹੜਾ ਮਸਲਾ ਹੈ ਸ਼ਿਵ ਉਦਾਸ ਮੰਦਰ ਦਾ ਢਾਉਣ ਦਾ, ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹੈ, ਚੰਡੀਗੜ੍ਹ ਹੈ, ਕਰੀਬ 107 ਕਹਿੰਦੇ ਨੇ ਉਹ ਸਥਾਨ ਢਾਉਣੇ ਨੇ। ਉਹਨਾਂ ਦੇ ਵਿੱਚ ਮੈਂ ਰਾਤੀ ਖਬਰ ਪੜ੍ਹੀ ਸੀ, ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮਹਾਸਭਾ ਰਜੇਟਰ ਅਤੇ ਵਿਕਾਸ ਨਗਰ ਮੌਲੀ ਜਾਗਰਾਂ ਅਤੇ ਚੰਡੀਗੜ੍ਹ, ਉਹਦੇ ਵਿੱਚ ਜਿਹੜਾ ਹੈ 30 ਤਰੀਕ ਨੂੰ ਜਿਹੜਾ ਹੈ ਆਪਾਂ ਨੇ ਉੱਥੇ ਚੰਡੀਗੜ੍ਹ ਇਕੱਠੇ ਹੋਣਾ ਹੈ। ਅਤੇ ਸਾਡੇ ਸੈਕਟਰੀ ਸਾਹਿਬ ਜਨਰਲ ਸਕੱਤਰ ਸੰਤ ਬਾਬਾ ਨਿਰਮਲ ਸਿੰਘ ਜੀ ਆ ਗਏ ਨੇ, ਉਹ ਵੀ ਦੱਸਣਗੇ। ਅਤੇ ਆਪਾਂ ਜਿਹੜਾ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਗਲਕਾਬਾਦ ਮੰਦਰ ਜਿਹੜਾ ਹੈ ਉਹ ਵੀ ਆਪਣੇ ਸਮਾਜ ਦੇ ਪਾੜੇ ਕਰਕੇ ਜਿਹੜਾ ਉਹ ਵੀ ਟਿਆ, ਕਿਉਂਕਿ ਸਮਾਜ ਨਾਲ ਜਿਹੜਾ ਹੈ ਉਹ ਸਮਾਂ ਸੀ ਜਦੋਂ ਸਾਰੇ ਹੀ ਲੋਅਰ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਹਾਰ ਗਏ, ਫਿਰ ਜਿਹੜਾ ਉਸ ਸ਼੍ਰੀ ਗੁਰੂ ਦਾਸ ਸਾਧੂ ਸੰਪਦਾ ਸੋਸਾਇਟੀ ਦੇ ਕੋਲ ਸ਼੍ਰੋਮਣੀ ਸ਼੍ਰੀ ਗੁਰੂ ਦਾਸ ਮੰਦਰ ਜੋ ਚੱਕ ਹਕੀਮ ਹੈ ਉੱਥੇ ਮੀਟਿੰਗ ਹੋਈ ਸੀ। ਪਰ ਜਦੋਂ ਸਾਰਾ ਕੁਝ ਹੋ ਜਾਂਦਾ ਹੈ ਦਿੱਲੀ ਦੀ ਧਰਤੀ 'ਤੇ, ਉਹਨਾਂ ਨੇ ਉਹ ਖੋਤੀ ਸਰਕਾਰਾਂ ਨੇ ਫਿਰ ਉਹ ਢਹਿਰੀ ਕਰਨ ਵਾਸਤੇ ਉਹਨਾਂ ਨੇ ਕੁਛ ਵੀ ਦੇਰੀ ਨਹੀਂ ਲਾਈ, ਕਿਉਂਕਿ ਉਹਦੇ ਵਿੱਚ ਕਾਰਨ ਇੱਕੋ ਸੀ, ਕਿਉਂਕਿ ਉੱਥੇ ਉਹਨਾਂ ਨੇ ਦੱਸਿਆ ਹੀ ਨਹੀਂ ਵੀ ਉੱਥੇ ਗੁਰੂ ਰਵਿਦਾਸ ਮੰਦਰ ਹੈ। ਉੱਥੇ ਕੇਵਲ ਅਤੇ ਕੇਵਲ ਬਿਲਡਿੰਗ ਹੀ ਦੱਸੀ, ਜਿਹੜੀ ਮੈਂ ਖਬਰ ਪੜ੍ਹੀ ਰਾਤੀ ਵੀ ਸੁਣੀ ਸੀ, ਇੱਕ ਮਹਾਂਪੁਰਸ਼ ਦੱਸਦੇ ਸੀ। ਅਤੇ ਹੁਣ ਜਿਹੜਾ ਇਹ ਹੁਣ ਪੰਜਾਬ ਦੀ ਧਰਤੀ 'ਤੇ ਸਾਡੀ ਰਾਜਧਾਨੀ ਹੈ, ਜੇ ਆਪਾਂ ਤੁਗਲਕਾਬਾਦ ਦੇ ਮੰਦਰ ਨੂੰ ਨਹੀਂ ਆਪਾਂ ਬਚਾ ਸਕੇ ਤਾਂ ਪੰਜਾਬ ਦੀ ਧਰਤੀ 'ਤੇ ਜ਼ਰੂਰ ਬਚਾ ਲਓ। ਆਪਾਂ ਨੂੰ ਜਿਹੜਾ ਹੈ ਇਕੱਠ ਕਰਕੇ ਕਰਨਾ ਚਾਹੀਦਾ ਹੈ, ਕਰਕੇ ਜਿਹੜਾ ਉਹਨੂੰ ਬਚਾਉਣਾ ਚਾਹੀਦਾ ਹੈ, ਤਾਂ ਕਿ ਜਿਹੜਾ ਹੈ ਹਰ ਸਰਕਾਰ ਜਿਹੜੀ ਆਉਂਦੀ ਹੈ ਇਹ ਸਾਡੇ ਲੋਕਾਂ ਦੇ ਉੱਤੇ ਕਿਉਂ ਇਸੇ ਤਰ੍ਹਾਂ ਦੇ ਜਿਹੜੇ ਹੈ ਵਾਰ ਕਰਦੀ ਹੈ, ਆਪਾਂ ਨੂੰ ਜਾਗਰਤ ਕਰਦੀ ਹੈ ਵੀ ਜਾਗੋ। ਪਰ ਜੇ ਆਪਾਂ ਜਾਗਰਤ ਹੋ ਕਰਕੇ ਆਪਾਂ ਆਪਣਾ ਇਕੱਠ ਕਰਾਂਗੇ ਤਾਂ ਆਪਾਂ ਸਾਰਿਆਂ ਨੂੰ ਪਤਾ 2 ਅਪ੍ਰੈਲ ਜਿਹੜਾ ਹੈ ਉਸ ਸਮੇਂ ਜਦੋਂ SC ST ਜਿਹੜਾ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਸਾਰੇ ਸ਼੍ਰੀ ਉਦਾਸ ਸਾਧੂ ਸੰਪਦ SIT ਭਗਵਾਨ ਵਾਲਮੀਕ ਸਭਾਵਾਂ, ਡਾਕਟਰ ਅੰਬੇਦਕਰ ਸਭਾਵਾਂ, ਸਿੱਖ ਜਥੇਬੰਦੀਆਂ ਸਾਰੇ ਇਕੱਤਰ ਹੋ ਕੇ, ਤਾਂ ਜਿਹੜਾ ਹੈ ਸਾਰੇ ਭਾਰਤ ਦੇ ਵਿੱਚ ਇੱਡਾ ਵੱਡਾ ਇਕੱਠ ਹੋਇਆ ਸੀ। ਅਤੇ ਤੁਹਾਨੂੰ ਪਤਾ ਹੈ ਕਿਸਾਨ ਮਜ਼ਦੂਰ ਦਾ ਜਦੋਂ ਆ ਚੱਲਿਆ ਸੀ ਅਤੇ ਕਰੀਬ 700 ਜਿਹੜੇ ਕਿਸਾਨ ਮਜ਼ਦੂਰ ਉਹਨਾਂ ਦੀ ਜਿਹੜੀ ਹੈ ਉਹ ਇਸ ਸੰਸਾਰ ਦੇ ਵਿੱਚੋਂ ਕੂਚ ਕਰ ਗਏ ਸੀ। ਪਰ ਆਪਣੇ ਸਮਾਜ ਨੇ ਉਹ ਕਿੰਨਾ ਸਮਾਂ, ਸਾਲ 1.5 ਸਾਲ ਬੈਠੇ ਰਹੇ, ਪਰ ਆਪਣੇ ਸਮਾਜ ਨੇ ਇੱਕੋ ਦਿਨ ਦੇ ਵਿੱਚ ਜਿਹੜਾ ਇੰਨਾ ਵੱਡਾ ਇਕੱਠ ਦਿਖਾ ਲਿਆ ਸੀ। ਅਤੇ ਸਵੇਰ ਨੂੰ ਜਿਹੜਾ ਸੀ ਉਹ ਜਦੋਂ ਬੰਦ ਕੀਤਾ ਭਾਰਤ, ਅਤੇ ਸ਼ਾਮ ਤੱਕ ਜਿਹੜਾ ਸੀ SC ST Act ਜਿਹੜਾ ਸੀ ਉਹ ਦੁਬਾਰਾ ਲਾਗੂ ਹੋ ਗਿਆ ਸੀ। ਇਸ ਕਰਕੇ ਹੁਣ ਇਹ ਜਿਹੜਾ ਸਮਾਂ ਹੈ ਇਹ ਵੀ ਜਿਹੜਾ ਸਾਡਾ ਫਰਜ਼ ਬਣਦਾ, ਆਪਾਂ ਆਪਣੇ ਜਿਹੜੇ ਹੈ ਗੁਰੂਆਂ ਦੇ ਸਥਾਨ ਹੈ ਉਹ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਜਿਹੜੀ ਰਾਖੀ ਕਰਨਾ ਵੀ ਸਾਡਾ ਫਰਜ਼ ਹੈ। ਇਸ ਕਰਕੇ ਸਾਧ ਸੰਗਤ ਜੀ, ਮੈਂ ਵੀ ਰਾਤੀ ਨੈੱਟ 'ਤੇ ਪੜ੍ਹਿਆ ਅਤੇ ਨਾਲੇ ਉਹ ਖਬਰ ਸੁਣੀ ਸੀ, ਇਸ ਕਰਕੇ 30 ਤਰੀਕ ਨੂੰ ਜਿਹੜਾ ਹੈ ਉਹ ਕੀਤਾ ਹੈ ਕਿ ਚੰਡੀਗੜ੍ਹ ਆਪਾਂ ਇਕੱਠੇ ਹੋਣਾ ਹੈ। ਅਤੇ ਬਾਕੀ ਜਿਹੜਾ ਹੈ ਉਹ ਕਾਂਚੀ TV 'ਤੇ ਵੀ ਉਹ ਸਾਰੀ ਪ੍ਰਧਾਨ ਸਾਹਿਬ ਨੇ ਦੱਸੀ ਵੀ ਆਪਾਂ ਕਿੱਥੇ ਜਾਣਾ ਹੈ, ਜਿਹੜਾ ਮੈਂ ਤੁਹਾਨੂੰ ਐਡਰੈਸ ਦਿੱਤਾ ਹੈ ਕਰੀਬ ਉੱਥੇ 11 ਵਜੇ ਪਹੁੰਚਣਾ ਹੈ। ਇਸ ਕਰਕੇ ਜਿਹੜਾ ਸਾਧ ਸੰਗਤ ਜੀ, ਇਹ ਸਾਨੂੰ ਜਿਹੜਾ ਹੈ ਆਪਾਂ ਜਿੱਥੇ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਜਨਮ ਦਿਹਾੜੇ ਵਰਸੀ ਸਮਾਗਮ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ ਉੱਥੇ ਜਿਹੜਾ ਹੈ ਸਾਨੂੰ ਜਿਹੜਾ ਜਾਗਰਤ ਹੋ ਕਰਕੇ ਆਪਾਂ ਨੂੰ ਆਪਣੇ ਗੁਰੂਆਂ ਦੇ ਜਿਹੜੇ ਅਸਥਾਨ ਹੈ ਉਹਨਾਂ ਦੀ ਵੀ ਜਿਹੜੀ ਰਾਖੀ ਜਿਹੜੀ ਕਰਨੀ ਜ਼ਰੂਰੀ ਪਊਗੀ। ਸੋ ਜਿਹੜੀ ਬੇਨਤੀ ਨੂੰ ਪ੍ਰਵਾਨ ਕਰਨਾ।